ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ। ਗੁਰਦਾਸ ਬਲਵੀਰ ਸਿੰਘ ਖਾਲਸਾ, ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਮਹਿਤਪੁਰ। ਅੱਜ ਸਵੇਰੇ ਲਗਭਗ 8 ਵਜੇ ਸਾਨੂੰ ਸਾਡੇ ਇੱਕ ਗੁਰੂ ਦੇ ਪਿਆਰੇ ਸਿੰਘ ਦਾ ਕੌਲ ਆਈ ਕਿ ਸਾਡੇ ਪਿੰਡ ਕੱਲ੍ਹ ਰਾਤ 8 ਵਜੇ ਤਾਰ ਸਰਕਟ ਹੋਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਗਨ ਭੇਟ ਹੋ ਗਏ ਆ। ਕਿੰਨੇ ਸਰੂਪ ਹੈ ਜੀ? ਦੋ ਸਰੂਪ ਆ ਜੀ, ਦੋਵੇਂ ਅਗਨ ਭੇਟ ਹੋ ਗਏ ਆ, ਦੋਵੇਂ ਸੁੱਖ ਆਸਣ ਵਿੱਚ ਬਿਰਾਜਮਾਨ ਸਨ। ਇਹ ਘਟਨਾ ਰਹਿਰਾ ਸਾਹਿਬ ਹੋਣ ਤੋਂ ਬਾਅਦ, ਸੁੱਖ ਆਸਣ ਹੋਣ ਤੋਂ ਬਾਅਦ ਦੀ ਹੈ ਜੀ। ਕਿਹੜੇ ਪਿੰਡ ਦੀ ਘਟਨਾ ਜੀ? ਇਹ ਪਿੰਡ ਹੈਗਾ ਜੀ ਆਪਣੇ ਦਵਿੰਡਾ ਹਰਿਆਣਾ, ਥਾਣਾ ਮੇਟੀਆਣਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਉੱਥੇ ਦੀ ਘਟਨਾ ਹੈ ਜੀ। ਅਤੇ ਅਸੀਂ ਚਲੋ ਐਮਰਜੈਂਸੀ ਆਪਾਂ ਆਏ ਹਾਂ, ਹੁਣ ਸਾਨੂੰ ਫੋਨ ਆਇਆ ਅਤੇ ਕੱਲ੍ਹ ਨੂੰ ਸਾਰੀਆਂ ਜਥੇ ਬੰਦਿਆਂ ਨੂੰ ਖਬਰ ਕਰ ਵੀ ਦਿੱਤੀ ਆ। ਅਤੇ ਪੂਰੇ ਜਥੇ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਕਿ ਬਾਈ ਕੱਲ੍ਹ ਨੂੰ 9 ਵਜੇ ਦਵਿੰਡੇ ਹਰਿਆਣੇ ਪਹੁੰਚ ਕੇ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਦੁਰਘਟਨਾ ਵਾਪਰੀ ਆ ਉਹਦਾ ਜਾਇਜ਼ਾ ਲੈਣਾ ਹੈ, ਜੋ ਕਿ ਸਾਨੂੰ ਇਸ ਚੀਜ਼ ਦੀ ਆਪਣੇ ਕੋਲ ਸਿੰਘ ਜਿਨ੍ਹਾਂ ਨੇ ਸਾਨੂੰ ਖਬਰ ਦਿੱਤੀ ਆ ਉਹਨਾਂ ਦੇ ਮਨ ਦੀ ਤਸੱਲੀ ਨਹੀਂ ਹੋਈ। ਅਤੇ ਅਸੀਂ ਉਹ ਮਨ ਦੀ ਤਸੱਲੀ ਕਰਾਉਣ ਨੂੰ ਕੱਲ੍ਹ ਨੂੰ ਪੂਰੀਆਂ ਸਿੱਖ ਜਥੇਬੰਦੀਆਂ ਇੱਥੇ ਪਹੁੰਚਣ। ਜਿਹੜੇ ਸ਼ੋਰਟ ਸਰਕਟ ਹੋਇਆ ਉਹਦੇ ਮੌਕੇ 'ਤੇ ਕੌਣ ਪਹੁੰਚਿਆ? ਮੌਕੇ 'ਤੇ ਜੀ ਕੌਣ ਪਹੁੰਚਿਆ? ਇੱਥੇ ਉਹ ਗ੍ਰੰਥੀ ਸਿੰਘ ਹੀ ਪਹੁੰਚਿਆ ਹੋਣਾ, ਅਤੇ ਬਾਕੀ ਜਿਹੜੀ ਗੁਰੂ ਘਰ ਦੀ ਕਮੇਟੀ ਆ ਉਹ ਪਹੁੰਚੀ, ਬਾਹਰਲਾ ਬੰਦਾ ਮੇਰੇ ਖਿਆਲ ਨਹੀਂ ਪਹੁੰਚਿਆ। ਉਹਦੇ ਬਾਅਦ ਇਹਨਾਂ ਨੇ ਕੋਈ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਸੀਗਾ, ਜੋ ਕਿ ਇੱਕ ਮੈਂਬਰ ਆਇਆ ਇੱਥੇ, ਉਹਨੇ ਆਪਣੇ ਲਿਖਤ ਪੜ੍ਹਤ ਕਰ ਦਿੱਤੀ ਆ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਕਰਨ ਲੈ ਗਏ ਆ। ਨਾ ਹੀ ਉਹਨਾਂ ਨੇ ਕਿਸੇ ਸਿੱਖ ਜਥੇਬੰਦੀ ਨੂੰ ਮੈਸੇਜ ਦਿੱਤਾ ਅਤੇ ਨਾ ਹੀ ਕਿਸੇ ਹੋਰ ਨੂੰ ਮੈਸੇਜ ਦਿੱਤਾ। ਇਹ ਬੜੀ ਵੱਡੀ ਉਹਨਾਂ ਦੀ ਗਲਤੀ ਆ। ਤਰਨਾ ਦਲ ਹਰੀਆਂ ਵੇਲਾਂ ਜਾਂ ਇੱਥੇ ਬਾਬਾ ਹਰਖਵਾਲ, ਸੰਤ ਬਾਬਾ ਹਰਖਵਾਲ ਜੀ, ਜਵਾਲਾ ਸਿੰਘ ਜੀ ਗੁਰਦੁਆਰਾ ਸਾਹਿਬ ਇੱਥੇ ਕੋਲ ਹੀ ਆ, ਅਤੇ ਕਿਸੇ ਵੀ ਡੇਰੇ ਨੂੰ ਜਾਂ ਕਿਸੇ ਸਿੱਖ ਜਥੇਬੰਦੀ ਨੂੰ, ਕਿਸੇ ਵੀ ਪੜਾਅ ਨੂੰ, ਕਿਸੇ ਵੀ ਗੱਲ ਨੂੰ ਇਹਨਾਂ ਨੇ ਮੈਸੇਜ ਨਹੀਂ ਕੀਤਾ। ਹੁਣ ਕੱਲ੍ਹ ਦਾ 9 ਵਜੇ ਦਾ ਟਾਈਮ ਹੈ ਜੀ। ਹਾਂਜੀ, ਕੱਲ੍ਹ ਦਾ 9 ਵਜੇ ਦਾ ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ, ਕੱਲ੍ਹ ਨੂੰ 9 ਵਜੇ ਇੱਥੇ ਦਵਿੰਡੇ ਹਰਿਆਣੇ ਪਹੁੰਚਣ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।